ਹੈਲੋ ਗਾਈਸ, ਵੈਲਕਮ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ। ਆਈ ਹੋਪ ਤੁਸੀਂ ਸਾਰਿਆਂ ਨੇ ਸਹੀ ਹੋਵੋਗੇ। ਐਂਡ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਆਦਾਬ, ਸਾਡੇ ਵੱਲੋਂ ਤੁਹਾਡਾ ਵੈਲਕਮ ਆ ਜੀ। ਅਸੀਂ ਨਿਊ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ। ਅੱਜ ਅਸੀਂ ਵੀਡੀਓ ਬਣਾਉਣ ਲਈ ਪਾਰਕ 'ਚ ਆਏ ਹਾਂ ਅਤੇ ਮੈਡਮ ਦੱਸੇਗੀ ਤੁਹਾਨੂੰ ਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੀ ਦੇਖਣ ਨੂੰ ਮਿਲੇਗਾ। ਬਹੁਤ ਹੀ ਵਧੀਆ ਵੀਡੀਓ ਆ, ਤੁਸੀਂ ਸਾਰੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਅਤੇ ਗਾਈਸ, ਅੱਜ ਅਸੀਂ ਬੇਸਿਕ ਇੱਕ ਛੋਟਾ ਜਿਹਾ ਚੈਲੰਜ ਕਰਨ ਲੱਗੇ ਹਾਂ ਜਿਹਦੇ ਵਿੱਚ ਸਾਡੀ ਦੋ ਗਰਲਸ ਔਰ ਨੇ। ਉਹਨਾਂ 'ਚੋਂ ਕੁਛ ਕੁਛ ਚਟਪਟਾ, ਕੁਛ ਮਿੱਠਾ, ਕੁਛ ਡਿਫਰੈਂਟ ਜਿਹਾ ਖਾਣ ਨੂੰ ਮਿਲੂਗਾ ਅਤੇ ਉਹਨਾਂ ਨੂੰ ਜਸਟ 10 ਸੈਕਿੰਡਸ ਦੇ ਵਿੱਚ ਡਿਸਾਈਡ ਕਰਨਾ ਕਿ ਉਹਨਾਂ ਨੇ ਕੀ ਖਾਧਾ, ਦੱਸਣਾ। ਜੇ ਫਾਈਨਲ ਜੇ ਉਹਨਾਂ ਨੇ ਕੁਛ ਹਾਰ ਗਏ, ਕੋਈ ਜਿੱਤ ਗਿਆ, ਤਾਂ ਦੇਖਦੇ ਹਾਂ ਕੌਣ ਜਿੱਤਦਾ ਕੌਣ ਹਾਰਦਾ। ਅਤੇ ਜਿਹੜਾ ਹਾਰੇਗਾ ਉਹਨਾਂ ਨੂੰ ਇੱਕ ਬਹੁਤ ਹੀ ਕੜਵੀ ਜਿਹੀ ਪਨਿਸ਼ਮੈਂਟ ਮਿਲਣ ਵਾਲੀ ਹੈ, ਤਾਂ ਦੇਖਦੇ ਹਾਂ ਕੌਣ ਜਿੱਤਦਾ ਕੌਣ ਹਾਰਦਾ। ਵੀਡੀਓ ਦੇ ਲਾਸਟ ਤੱਕ ਬਣੇ ਰਹੋ। ਆਈਸ, ਇਹਨਾਂ ਦਾ ਮਾਰਨਿੰਗ ਬ੍ਰੇਕਫਾਸਟ ਰੈਡੀ ਹੈ। ਚਲੋ ਦੇਖਦੇ ਹਾਂ ਕੌਣ ਕਿੰਨਾ ਕੁ ਗੈਸ ਕਰਦਾ। ਪਹਿਲਾਂ ਅੱਛੀ ਚੀਜ਼ ਤੋਂ ਸਟਾਰਟ ਕਰਦੇ ਹਾਂ। ਨਿਸ਼ਾ ਆ ਗਿਆ। ਵੈਸੇ ਇਹਦਾ ਨਾਮ ਨਿਸ਼ਾ ਹੈ, ਇਹਦਾ ਨਾਮ ਗੁਰਦੀਪ ਹੈ। ਖਾਲਾ ਗੁਰਦੀਪ ਆ ਗਿਆ। ਪਹਿਲਾਂ ਈਜ਼ੀ ਤੇ ਬਣਦਾ ਆ। ਸੈਕਿੰਡ ਵਨ ਆਦਰ ਕੁਛ ਨੀ ਲਾਇਆ ਸੀ ਉਹਦੇ ਤੇ ਲਾਲ ਖਾਓ। ਕੁਰਕਰੇ ਕੁਰਕਰੇ ਆ ਟੇਡਾ ਮੇਡਾ, ਕੁਰਕਰੇ ਆ ਟੇਡਾ ਮੇਡਾ, ਇੱਕ ਦੱਸੋ ਕੁਰਕਰੇ ਕੁਰਕੁਰੇ। ਹਾਂ, ਬ੍ਰਾਂਡ ਕੁਰਕੁਰੇ ਹੋ ਸਕਦਾ ਹੈ, ਬਟ ਕੁਛ ਹੋਰ ਵੀ ਹੋ ਸਕਦਾ ਹੈ। ਮੈਂ ਕੁਛ ਇਦਾਂ ਪੌਪਕੋਰਨ ਨਾ ਸੁਣਾ। ਤੁਸੀਂ ਗੁਰਪ੍ਰੀਤ? ਮੈਨੂੰ ਨਹੀਂ ਵਧੀਆ ਲੱਗਿਆ। ਨਾਮ 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 ਨੋ ਆਈਡੀਆ। 2 points ਫੋਰ ਨਿਸ਼ਾ, 1 point ਫੋਰ ਗੁਰਦੀਪ। ਕੱਲ ਬੱਕਰਾ ਬਣਾਉਣਾ ਸ਼ੁਰੂ। ਬਾਈ ਦੰਦੀ ਵੱਢਣੀ ਹੈ, ਬੋਲਣਾ ਬਾਅਦ ਚੋ, ਬੋਲਣਾ ਬਾਅਦ ਚੋ। ਗੁਰਦੀਪ ਸਭ ਦੀ ਫੇਵਰੇਟ ਹੈ। ਕਿਹੜਾ ਬਿਸਕਿਟ? ਓਰੀਓ ਪਤਾ ਨਹੀਂ ਇੰਦਾ ਕੁਝ। ਓਰੀਓ ਨਹੀਂ, ਸਿੰਪਲ ਬਿਸਕਿਟ, ਉਹਦੇ ਵਿੱਚ ਚੋਕੋ ਪਈ ਹੋਈ ਆ। ਬੜੇ ਵਧੀਆ ਟੇਸਟ ਬਣ ਜਾ ਤੇਰੇ, ਬੜੀ ਜਲਦੀ ਗੈਸ ਕੀਤਾ। ਬਟ ਫਾਈਟ ਦੋਨਾਂ ਨੂੰ ਹੈ, ਕਿਉਂਕਿ ਇੱਕ ਨੇ ਕੋਲਗੇਟ ਗੈਸ ਕੀਤਾ, ਇੱਕ ਨੇ ਓਰੀਓ ਗੈਸ ਕੀਤਾ। ਬੋਲੂਗਾ ਕੋਈ ਵੀ ਨਹੀਂ। ਕਰ ਆ ਕਰ, ਪਹਿਲਾਂ ਉਹ ਖਤਮ ਕਰ। ਚਲ ਉਹਨੂੰ ਹੋਰ ਦਿੱਤਾ ਹਵਾ ਪਾ। ਚਲ ਆ ਕਰ, ਬਹੁਤ ਹੀ ਮਜ਼ਾ ਆ ਰਿਹਾ ਹੈ। ਫਨ ਹੋ ਰਿਹਾ, ਫਨ ਆ ਗਿਆ। ਨਿੰਬੂ ਨਿੰਬੂ ਐਂਡ ਕੀ ਚੀਜ਼ ਹੈ? ਪਰ ਉਹ ਲਾਇਆ ਹੋਇਆ ਨਾ ਕੀ ਚੀਜ਼? ਨਮਕ 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 ਤੇ ਕਾਲੀ ਮਿਰਚ ਨਹੀਂ, ਉਹ ਹੈ ਮੈਗੀ ਮਸਾਲਾ। ਮੈਨੂੰ ਪਤਾ ਹੈ।
ਗਿਆ ਦੱਸੋ ਕੀ ਹੈ ਲਾਸਟ ਕੁਲਦੀਪ ਆ ਗਏ ਸਾਰਾ ਖਾਣਾ ਹੈ ਸਾਰਾ ਪੀਸ ਸਾਰਾ ਇਹ ਸਾਰਾ ਪੀਸ ਮੂੰਹ ਚ ਪਾਣਾ ਹੈ ਖਾਓ 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 ਉਹ ਨਹੀਂ ਤਾਂ ਖਾ ਗਏ ਹੁਣ ਯਾਰ ਬਨਾਨਾ ਬਨਾਨਾ ਵੇ ਚੜਾ ਐਡਿਡ ਹੈ ਕੁਛ ਵੀ ਨਹੀਂ ਯਾਰ ਬੇਚਾਰੀ ਸਾਡੀ ਇੱਕ ਕੁੜੀ ਭੱਜ ਗਈ ਡਰਦੇ ਕਰਕੇ ਚਲੋ ਉਹਨਾਂ ਨੂੰ ਲੈ ਕੇ ਆਉਂਦੇ ਹਾਂ ਚੱਲ ਫੋਨ ਕਰ ਲਈ ਉਲਟੇ ਤੂੰ ਵੀ ਤੇ ਅਗਲੀ ਚੀਜ਼ ਕੁਛ ਡਿਫਰੈਂਟ ਪੂਰਾ ਖਾਣਾ ਹੈ ਚੀਜ਼ ਆ ਗਾ ਪ੍ਰੋਪਰ ਜੱਪਣਾ ਵੀ ਆ ਪ੍ਰੋਪਰ ਜੱਪਣਾ ਹੈ ਪੱਕਾ ਨਾਮ ਵਾਲੇ ਆ ਗਾ ਕਿਹੜਾ ਪੱਤਾ ਵੀ ਦੱਸੋ ਆ ਗਾ ਪ੍ਰੋਪਰ ਬਹੁਤ ਕੋਲ ਨਿੰਮ ਦੇ ਪੱਤਾ ਨਹੀਂ ਕੁਰਕਰਾ ਵੀ ਹੈ ਮੈਗੀ ਮਸਾਲਾ ਓਕੇ 6 ਗੁਰਦੀਪ ਕੋਈ ਗੱਲ ਤੁਲਸੀ ਪੱਤਾ 5 ਐਂਡ 6 ਪੱਤਾ ਕਿਹੜੇ ਦੱਸੋ ਚਲੋ ਹੁਣ ਕੁਝ ਅੱਛਾ ਵੀ ਗਵਾ ਦਿਆ ਵਿਚਾਰਿਆਂ ਨੂੰ ਬਹੁਤ ਕੁਝ ਗਵਾ ਤਾ ਅਗਰ ਅਗਰ ਅੱਛੇ ਮਸੰਮੀ ਪੱਕਾ ਮਸੰਮੀ ਆ ਗੈਸ ਕਰ ਮਸੰਮੀ ਮਸੰਮੀ ਆ ਪੱਕਾ ਮਸੰਮੀ ਆ ਐਨੀਥਿੰਗ ਐਲਸ ਸੋਚ ਲਿਆ ਦੁਬਾਰਾ ਖਲਾਈ ਮਸੰਮੀ ਕੀ ਸੰਤਰਾ ਮਸੰਮੀ ਮਸੰਮੀ ਕੀ ਸੰਤਰਾ ਚਲੋ 7-6 ਚਲੋ ਵਨ ਲਾਸਟ ਇਨਗਰੀਡੀਐਂਟ ਗਾਈਸ ਕੋਈ ਪਹਿਲੇ ਨਹੀਂ ਬੋਲੇਗਾ ਲਾਸਟ ਵਨ ਹੈ ਕਿਉਂਕਿ ਕੀ ਚੀਜ਼ ਹੈ ਸੱਟਣਾ ਨਹੀਂ ਜੇ ਸੱਟਿਆ ਦੋਨਾਂ ਨੂੰ ਪਨਿਸ਼ਮੈਂਟ ਹੈ ਜਿੱਥੇ ਇੱਕ ਨੂੰ ਮਿਲਣੀ ਦੋਨਾਂ ਨੂੰ ਮਿਲਣੀ ਪੈਣੀ ਹੈ ਕੀ ਚੀਜ਼ ਹੈ ਨੀਮ ਦਾ ਪੱਤਾ ਹੈ ਨੀਮ ਦਾ ਕਿਹੜਾ ਪੱਤਾ ਹੈ ਨੀਮ ਦਾ ਚਲੋ ਇਹ ਦੋਨੋਂ ਕੋਈ ਨੀ ਗੈਸ ਕਰ ਪਾਇਆ ਤੇ ਲਾਸਟ ਪੁਆਇੰਟਸ ਦੇ ਅਕੋਰਡਿੰਗ ਸਾਡਾ ਲਾਸਟ ਇਹਨਾਂ ਦੋਨਾਂ ਦੇ ਪੁਆਇੰਟਸ ਰਹਿ ਗਏ ਹੈ 7-6 ਚਲੋ ਪਨਿਸ਼ਮੈਂਟ ਟਾਈਮ ਪਨਿਸ਼ਮੈਂਟ ਥੋੜਾ ਤਿਆਰ ਹੈ ਸਾਰਾ ਕੁਝ ਦੇਖੋ ਇੰਨਾ ਘੈਂਟ ਆ ਰੈਡੀ ਰੈਡੀ ਕੋਈ ਬੋਲੇਗਾ ਨਹੀਂ ਗੁਰਦੀਪ ਪੜੋ ਬੋਲਣਾ ਨਹੀਂ
ਹੋਪ ਸੋ ਤੁਹਾਨੂੰ ਇਹ ਜਿਹੜਾ ਚੈਲੰਜ ਕੀਤਾ ਹੈ ਸਾਨੂੰ ਪਸੰਦ ਆਇਆ ਹੋਵੇਗਾ। ਅਤੇ ਇਸੇ ਤਰ੍ਹਾਂ ਦੇ ਹੋਰ ਇੰਟਰਸਟਿੰਗ ਮਸਤੀ ਵਾਲੇ ਚੈਲੰਜ ਦੇਖਣ ਲਈ ਚੈਨਲ ਨੂੰ ਕਰੋ ਲਾਈਕ, ਸ਼ੇਅਰ, ਸਬਸਕ੍ਰਾਈਬ ਔਰ ਕਮੈਂਟ ਸੈਕਸ਼ਨ 'ਚ ਜਾ ਕੇ ਦੱਸੋ ਕਿ ਤੁਹਾਨੂੰ ਕਿਹੜਾ ਪਾਰਟ ਸਭ ਤੋਂ ਜ਼ਿਆਦਾ ਫਨੀ, ਸਭ ਤੋਂ ਜ਼ਿਆਦਾ ਮਜ਼ੇਦਾਰ ਲੱਗਿਆ। ਅਤੇ ਕੁਛ ਅਗਲੇ ਚੈਲੰਜਸ ਲਈ ਕੁਛ ਆਈਡੀਆਜ਼ ਜ਼ਰੂਰ ਡ੍ਰੌਪ ਕਰਿਓ। ਥੈਂਕ ਯੂ।